ਸਤਿ ਸ਼੍ਰੀ ਅਕਾਲ ਮੈਂ ਜਸਵਿੰਦਰ ਪਾਲ ਚੈਨ ਸ਼ਾਨ ਪੰਜਾਬੀ ਤੁਹਾਡਾ ਸਵਾਗਤ ਹੈ ਤੇ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਅਮਰਸਾਤੋਂ ਜੀਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੇਟ ਤੇ ਲੱਗੇ ਨੇ ਖਾਲਿਸਤਾਨ ਦੇ ਪੋਸਟਰ ਪੋਸਟਰਾਂ ਨੇ ਇੱਕ ਵਾਰ ਫੇਰ ਚੌਕਸੀ ਦੀ ਰਾਜਨੀਤੀ ਜਿਹੜੀ ਹੋ ਰਹੀ ਚੌਕਸੀ ਤੇ ਰਾਜਨੀਤੀ ਹੋ ਰਹੀ ਉਸ ਨੂੰ ਹਵਾ ਦੇ ਦਿੱਤੀ ਹੋ ਤੇ ਕੋ ਜਿਹੜੀਆਂ ਸੁਰੱਖਿਆ ਏਜੰਸੀਆਂ ਨੇ ਉਹਨਾਂ ਤੇ ਵੀ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਮੇਨ ਗੇਟ ਤੇ ਪੋਸਟਰ ਲਗਾਏ ਗਏ ਨੇ ਖਾਲਿਸਤਾਨ ਜਿੰਦਾਬਾਦ ਲੱਗੇ ਪੋਸਟਰਾਂ ਨਾਲ ਜਿੱਥੇ ਕੌਮੀ ਸੁਰੱਖਿਆ ਏਜੰਸੀਆਂ ਦੀ ਨੀਂਦ ਉਡ ਗਈ ਉੱਥੇ ਪੁਲਿਸ ਦੇ ਕੋਫੀਆ ਏਜੰਸੀਆਂ ਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਆਖਰੀ ਕੀ ਹੋ ਰਿਹਾ ਤੇ ਇਸ ਦੇ ਸਵਾਲ ਤੇ ਪੰਜਾਬ ਪੁਲਿਸ ਵੀ ਹੁਣ ਅਲਰਟ ਹੋ ਗਈ ਹੈ ਤੁਹਾਨੂੰ ਦੱਸ ਦੇਣਾ ਕਿ ਗੁਰਨਾਣਕ ਦੇ ਯੂਨੀਵਰਸਿਟੀ ਦੇ ਜਿਹੜੇ ਮੇਨ ਗੇਟ ਤੇ ਲੱਗੇ ਨੇ ਪੋਸਟਰ ਖਾਲਿਸਤਾਨ ਦੇ ਉਸ ਨੂੰ ਲੈ ਕੇ ਹੁਣ ਪੁਲਿਸ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ ਦੂਸਰੇ ਪਾਸੇ ਗੱਲ ਕਰਦੇ ਹਾਂ ਗੁਰਪਤਵੰਤ ਪੰਨੂ ਨਹੀਂ ਜੋ ਕਿ ਸਿੱਖ ਫੋਰ ਜਸਟਿਸ ਪੰਦੀਸ਼ੂ ਦਾ ਸੰਸਥਾ ਦੇ ਕਨਵੀਨਰ ਨੇ ਉਹਨਾਂ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਹੈ ਉਹਨਾਂ ਨੇ ਜਿਸ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਸਲਾਹ ਦਿੱਤੀ ਹੈ ਉਹਨਾਂ ਨੇ ਸਲਾਹ ਵਿੱਚ ਖਾਲਿਸਤਾਨ ਦੀ ਲੜਾਈ ਨੂੰ ਹਥਿਆਰਾਂ ਦੀ ਲੜਾਈ ਬਣਾਉਣ ਦੀ ਗੱਲ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਜਿਹੜੀ ਭਾਰਤ ਪਾਰਲੀਮੈਂਟ ਦੇ ਟੁਕੜੇ ਹੋਣ ਦੀ ਜਿਹੜਾ ਬਿਆਨ ਦਿੱਤਾ ਉਸ ਤੇ ਇੰਜ ਨਹੀਂ ਹੋਵੇਗਾ ਇਹਦੇ ਵਾਸਤੇ ਕੀ ਕਰਨਾ ਸੱਚਮੁੱਚ ਖਾਲਿਸਤਾਨ ਦੀ ਲੜਾਈ ਲੜਨੀ ਪਊਗੀ ਗੁਰਪਤਵੰਨ ਸਿੰਘ ਪੰਨੂ ਨੇ ਸਲਾਹ ਦਿੰਦਿਆਂ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਹਾ ਕਿ ਉਹਨਾਂ ਨੂੰ ਬਾਦਲ ਕਿਆਂ ਤੋਂ ਵੀ ਆਪਣਾ ਕਬਜ਼ਾ ਛਡਾਉਣਾ ਪਵੇਗਾ ਇਸ ਤੋਂ ਬਾਅਦ ਸਿਆਸਤ ਦਾ ਇੱਕ ਹੋਰ ਪੱਖ ਨਜ਼ਰ ਆਉਣ ਲੱਗ ਗਿਆ ਤੁਹਾਨੂੰ ਦੱਸ ਦੇਣਾ ਗੁਰਪਤਵੰਨ ਸਿੰਘ ਪੰਨੂ ਨੇ ਜਿਹੜੀ ਸਲਾਹ ਦਿੱਤੀ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਉਸ ਤੇ ਸਵਾਲ ਵੱਡੇ ਹੋ ਗਏ ਨੇ ਫਿਲਹਾਲ ਤੁਹਾਨੂੰ ਦੱਸਦੇ ਹਾਂ ਕਿ ਗੁਰਨਾਣਕ ਦੇਵ ਯੂਨੀਵਰਸਿਟੀ ਅਮਰਸਾ ਦੇ 메ਨ ਗੇਟ ਤੇ ਖਾਲਿਸਤਾਨ ਦੇ ਪੋਸਟਰ ਲੱਗੇ ਨੇ ਜੀ ਹਾਂ ਪੋਸਟਰ ਲੱਗਣ ਤੋਂ ਬਾਅਦ ਪੁਲਿਸ ਨੇ ਅਲਰਟ ਉਧਾਰ ਦਿੱਤਾ ਅਮਰਸਾ ਪੁਲਸ ਹੁਣ ਪੂਰੀ ਤਰ੍ਹਾਂ ਅਲਰਟ ਨਜ਼ਰ ਆ ਰਹੀ ਹੈ ਫਿਲਹਾਲ ਪੋਸਟਰ ਲਾਉਣ ਵਾਲੇ ਕੌਣ ਸਨ ਤੇ ਉਹਨਾਂ ਦਾ ਮਕਸਦ ਗੁਰਪਤਵੰਦ ਸਿੰਘ ਪੰਨੂ ਨਾਲ ਹੈ ਜਾਂ ਹੋਰ ਕਿਸੇ ਸੰਸਥਾ ਨਾਲ ਇਹ ਵੱਡਾ ਸਵਾਲ ਬਣਿਆ ਖੜਾ ਹੈ ਇਸੇ ਸਵਾਲ ਨਾਲ ਮੈਨੂੰ ਦਿਓ ਜਾਏ ਤੁਸੀਂ ਦੇਖਦੇ ਰਹੋ ਚੈਨਲ ਸ਼ਾਨ ਪੰਜਾਬੀ ਮਾਨ ਪੰਜਾਬ ਦਾ ਧੰਨਵਾਦ